ਹਾਂਜੀ ਸਰ ਜੀ ਕੀ ਮਾਮਲਾ ਆ ਜੀ ਅੱਜ ਇੱਥੇ ਪਿੰਡ ਨਰੂੜ ਦੇ ਵਿੱਚ ਲੇਬਰ ਰੋਕੀ ਗਈ ਆ ਜੀ ਕੀ ਕਾਰਨ ਆ ਜੀ ਕਾਰਨ ਇਹ ਆ ਜੀ ਕਿ ਲੇਬਰ ਸਾਡੇ ਪਿੰਡ 'ਚ ਰਹਿੰਦੀ ਲਗਭਗ 1000 ਤੋਂ 1500 ਪ੍ਰਵਾਸੀ ਮਜ਼ਦੂਰ ਸਾਡੇ ਪਿੰਡ ਦੇ ਵਿੱਚ ਰਹਿ ਰਿਹਾ ਹੈ ਜੋ ਆਲੇ ਦੁਆਲੇ ਲਗਭਗ 15-20 ਕਿਲੋਮੀਟਰ ਦੇ ਏਰੀਏ ਤੱਕ ਇੱਥੋਂ ਪਿੰਡ ਤੋਂ ਕੰਮ ਕਰਨ ਜਾਂਦਾ ਹੈ ਅਤੇ ਪਿਛਲੇ ਕੁਛ ਦਿਨਾਂ ਤੋਂ ਜਿੱਦਾਂ ਆਲੂ ਦੀ ਪਟਾਈ ਚੱਲ ਰਹੀ ਹੈ ਪਿੰਡ ਦੇ ਜਿਹੜੇ ਜ਼ਿਮੀਂਦਾਰ ਆ ਉਹਨਾਂ ਦੀ ਆਲੂ ਪਟਾਈ ਨਾ ਕਰਕੇ ਬਾਹਰ ਪੱਟਣ ਜਾ ਰਹੇ ਆ ਜੀ ਉਹਨਾਂ ਨੂੰ ਪਿੰਡਿਆਂ ਨੂੰ ਟਾਈਮ ਦੇ ਰਹੇ 18 ਤਰੀਕ ਤੋਂ ਲਗਭਗ ਟਾਈਮ ਦੇ ਰਹੇ ਸੀ ਪਰ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਬਾਹਰ ਜਾ ਰਹੇ ਸੀਗੇ ਲਗਾਤਾਰ ਸਾਡਾ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਅਸੀਂ ਰੋਕੇ ਆ ਅਤੇ ਅੱਜ ਉਹ ਲੇਬਰ ਰੋਕੀ ਆ ਤੁਹਾਡੀ ਕੀ ਠੇਕੇਦਾਰਾਂ ਨਾਲ ਗੱਲਬਾਤ ਹੋਈ ਆ ਜੀ ਠੇਕੇਦਾਰਾਂ ਨੂੰ ਕੱਲ੍ਹ ਦਾ ਟਾਈਮ ਦਿੱਤਾ ਕੱਲ੍ਹ ਸ਼ਾਮ ਨੂੰ ਆਊਗੇ ਉਹ ਅਤੇ ਉਹਨਾਂ ਨਾਲ ਜੋ ਵੀ ਅਸੀਂ ਲਿਖਾ ਪੜ੍ਹੀ ਕਰਾਂਗੇ ਅਗਲੇ ਜੋ ਪੰਚਾਇਤ ਇੱਕ ਮਤਾ ਪਾਊਗੀ ਤਾਂ ਉਹਦੇ 'ਚ ਉਹਨਾਂ ਨਾਲ ਪੂਰਾ ਰਿਟਰਨ 'ਚ ਆਪਾਂ ਕਰਾਂਗੇ ਕਿ ਉਹਨਾਂ ਦੀ ਕਿੰਨੀ ਲੇਬਰ ਹੋਊਗੀ ਤਾਂ ਕਿਸ ਤਰੀਕੇ ਨਾਲ ਜਿੱਦਾਂ ਅਸੀਂ ਪਿਛਲੇ ਸਾਲ ਵੀ ਇਹਨਾਂ ਨਾਲ ਕੀਤਾ ਸੀਗਾ ਕਿ ਇੱਕ ਦਿਨ ਇਹ ਸਾਡੇ ਕੋਲ ਕੰਮ ਕਰਨ 3 ਦਿਨ ਇਹ ਬਾਹਰ ਕਰਨ ਕਿ ਇਸ ਹਿਸਾਬ ਨਾਲ ਹਫ਼ਤੇ ਵਿੱਚ ਇਹ ਕੰਮ ਕਰਨ ਤਾਂ ਹੁਣ ਕੱਲ੍ਹ ਨੂੰ ਅਸੀਂ ਲਿਖਤੀ 'ਚ ਮਤਾ ਵੀ ਪਾਵਾਂਗੇ ਤਾਂ ਇਹਨਾਂ ਦੇ ਠੇਕੇਦਾਰਾਂ ਤੋਂ ਲਿਖਤੀ 'ਚ ਵੀ ਲਵਾਂਗੇ ਅਤੇ ਇਹਨਾਂ ਦੀ ਦਿਹਾੜੀ ਵੀ ਬੰਨਾਂਗੇ ਜੋ ਇਹਨਾਂ ਦੀ ਪੱਕੀ ਦਿਹਾੜੀ ਹੋਊਗੀ ਅਤੇ ਹੁਣ ਲੇਬਰ ਸਵਾਈ ਜਿਹੜੀ ਹੈ ਉਹ ਕਿੱਦਣ ਤੁਹਾਡੇ ਆਲੂ ਪੱਟੂਗੇ ਜੀ ਜਿਹੜੀ 18 ਤਰੀਕ ਵਾਲੀ ਆ ਉਹਨਾਂ ਨੇ ਕੱਲ੍ਹ ਨੂੰ ਸਾਨੂੰ ਟਾਈਮ ਦਿੱਤਾ ਹੈ ਕਿ ਕੱਲ੍ਹ ਤੋਂ ਉਹ ਪਟਾਈ ਕਰਨੀ ਸ਼ੁਰੂ ਕਰੂਗੇ ਜੀ ਅਤੇ ਜਿਹੜੀ ਲੇਬਰ ਬਾਹਰਲੇ ਪਿੰਡਾਂ ਦੇ ਵਿੱਚ ਜਾਂਦੀ ਆ ਕੁੱਲ ਕਿੰਨੀ ਗਿਣਤੀ ਦੇ ਵਿੱਚ ਲੇਬਰ ਹੈ ਜੀ ਇਹ ਘੱਟ ਤੋਂ ਘੱਟ 1000 ਤੋਂ 1500 ਪ੍ਰਵਾਸੀ ਮਜ਼ਦੂਰ ਹੋਣਾ ਅਸੀਂ ਵੀ ਗਿਣਤੀ ਨਹੀਂ ਕਰ ਸਕਦੇ ਕਿਉਂਕਿ ਮੋਟਰਾਂ ਦੇ ਉੱਤੇ ਇੰਨੇ ਕੁ ਰਹਿੰਦੇ ਕਿ ਸਾਡੇ ਕੋਲ ਰਜਿਸਟਰਡ ਵੀ ਨਹੀਂ ਹੈਗੇ ਜਦੋਂ ਇਹ ਟਾਈਮ ਆਉਂਦਾ ਇਹ ਆਪਣੇ ਪਿੱਛੋਂ ਆਪਣੇ ਪ੍ਰਵਾਸੀ ਰਿਸ਼ਤੇਦਾਰਾਂ ਨੂੰ ਵੀ ਸੱਦ ਲੈਂਦੇ ਆ ਹਾਂਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਆ ਜੀ ਬਘਾਣਾ ਹੈ ਜੀ ਅੱਜ ਤੁਸੀਂ ਅੱਜ ਲੇਬਰ ਲੈਣ ਆਏ ਹੋ ਕੀ ਕਾਰਨ ਇੱਥੇ ਲੇਬਰ ਕਿਉਂ ਰੋਕੀ ਗਈ ਹੈ ਜੀ ਅਸੀਂ ਜੀ ਜਦੋਂ ਆਲੂ ਲਾਉਣੇ ਸ਼ੁਰੂ ਕੀਤੇ ਸੀ ਨਾ ਸਤੰਬਰ ਮਹੀਨੇ 'ਚ ਉਦੋਂ ਹੀ ਲੇਬਰ ਨਾਲ ਗੱਲ ਕਰ ਲਈ ਵੀ ਸਾਡੀ 22 ਤਰੀਕ ਨੂੰ ਪਟਾਈ ਲਾਉਣੀ ਆ ਜੀ ਅਤੇ ਫਿਰ ਇਹਨਾਂ ਨੇ ਐਡਵਾਂਸ ਮੰਗਿਆ ਸੀ ਅਸੀਂ ਇਹਨਾਂ ਨੂੰ ਐਡਵਾਂਸ ਦਿੱਤਾ ਸੀ ਇਹ ਠੇਕੇਦਾਰ ਬਹੁਤ ਵਧੀਆ ਆ ਕਦੀ ਸਾਨੂੰ ਇਹਨੇ ਖਰਾਬ ਨਹੀਂ ਕੀਤਾ ਐਡਵਾਂਸ ਕਿੰਨੇ ਪੈਸੇ ਦਿੱਤੇ ਹੋਏ ਆ ਸਾਡੇ ਕੋਲ ਇਹਨੇ 1,60,000 ਰੁਪਇਆ ਲਿਆ ਜੀ ਤਾਂ ਕਿੰਨਾ ਚਿਰ ਹੋ ਗਿਆ ਪੈਸੇ ਦਿੱਤੇ ਇਹਨੂੰ ਪੈਸੇ ਨੂੰ 1.5 ਮਹੀਨਾ ਹੋ ਗਿਆ ਜੀ ਅਤੇ ਅੱਜ ਫਿਰ ਕਿਉਂ ਰੋਕੇ ਗਏ ਆ ਲੇਬਰ ਇੱਥੇ ਅੱਜ ਪਤਾ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਇਹਨੇ ਸਾਨੂੰ ਡੱਕਿਆ ਆ ਕਹਿੰਦੇ ਇੱਥੇ ਖੜ ਜਾਓ ਠੇਕੇਦਾਰ ਸੱਦੋ ਜੀ ਠੇਕੇਦਾਰ ਨਾਲ ਹੁਣ ਇਹਨਾਂ ਦੀ ਗੱਲਬਾਤ ਹੋਣ ਦੀ ਆ ਪਤਾ ਨਹੀਂ ਕੀ ਗੱਲ ਆ ਅਤੇ ਹੁਣ ਕਿੰਨੇ ਬਈਏ ਜਿਹੜੇ ਆ ਇੱਥੇ ਲੇਬਰ ਦੇ ਰੋਕੇ ਹੋਏ ਆ ਜੀ ਬੰਦੇ ਆ ਜੀ ਸਾਡੇ ਆ 35 ਬੰਦੇ ਆ ਜੀ ਅਤੇ ਬਾਕੀ ਟੋਟਲ ਲੇਬਰ ਬੰਦੇ ਕਿੰਨੇ ਆ ਇੱਥੇ ਜੇ ਮੌਕੇ 'ਤੇ ਰੋਕੇ ਉਹਦੇ ਬਾਰੇ ਨਹੀਂ ਵੀ ਪਤਾ ਪਿੰਡ 'ਚ ਨੂੜ 'ਚ ਕਿੰਨੇ ਬੰਦੇ ਰਹਿੰਦੇ ਆ ਬਹੁਤ ਬੰਦੇ ਨੂੜ 'ਚ ਰਹਿੰਦੇ ਆ ਜੀ ਜੀ ਇਹਨਾਂ ਬਈਆਂ ਦਾ ਕਹਿਣਾ ਹੈ ਜੀ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਸਾਨੂੰ ਕੰਮ ਨਹੀਂ ਦਿੰਦੇ ਇਸ ਕਰਕੇ ਅਸੀਂ ਬਾਹਰ ਫੜਦੇ ਹਾਂ ਤਾਂ ਜੇ ਭੁੱਖੇ ਥੋੜ੍ਹਾ ਮਰਨਾ ਇੱਥੇ ਰਹਿ ਕੇ ਜੀ ਜੀ ਹਾਂਜੀ ਪਿੰਡ ਵਿੱਚ ਕੰਮ ਨਹੀਂ ਮਿਲਦਾ ਕਰਕੇ ਤਾਂ ਬਾਹਰ ਜਾਂਦੇ ਆ ਜਾਂਦੇ ਆ ਜੀ ਬਾਹਰ ਠੀਕ ਅਤੇ ਹੁਣ ਜੇ ਪਿੰਡ ਵਾਸੀ ਜਿਹਦਾ ਕਿਸਾਨ ਆ ਉਹ ਤਾਂ ਕਹਿ ਰਹੇ ਆ ਕਿ ਜਦੋਂ ਪਿੰਡ ਹੁਣ ਕੰਮ ਆ ਤਾਂ ਫਿਰ ਵੀ ਕੰਮ ਛੱਡ ਕੇ ਉਹ ਬਾਹਰ ਜਾ ਰਹੇ ਆ ਜੀ ਹਾਂਜੀ ਸਰ ਇੱਦਾਂ ਆ ਹੁਣ ਸਾਂਝਾ ਕੰਮ ਸ਼ੁਰੂ ਹੋ ਗਿਆ ਜੇ ਜਿਹਨਾਂ ਜਿਹਨਾਂ ਨੇ ਇਹਨਾਂ ਨੇ ਸਾਈਆਂ ਦਿੱਤੀਆਂ ਇਹ ਹੁਣ ਉਹਨਾਂ ਦੇ ਜਾਣਦੇ ਜੇ ਪਿੰਡ ਵਾਲਿਆਂ ਨੇ ਪਹਿਲਾਂ ਸਾਈਆਂ ਦਿੱਤੀਆਂ ਹੁੰਦੀਆਂ ਤਾਂ ਫਿਰ ਇਹਨਾਂ ਦੇ ਚੱਲ ਜਾਂਦੇ ਜੀ ਇਹਨਾਂ ਨੇ ਸਾਈਆਂ ਫੜੀਆਂ ਆ ਜੀ ਪਹਿਲਾਂ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਦੇਵ ਹੈ ਬਲਦੇਵ ਸਿੰਘ ਠੇਕੇਦਾਰੀ ਹੋ ਤੁਸੀਂ ਹਾਂ ਠੇਕੇਦਾਰ ਤਾਂ ਕੀ ਮਾਮਲਾ ਆ ਜੇ ਇੱਥੇ ਲੇਬਰ ਰੋਕੀ ਹੋਈ ਆ लेबर इस करके रोका जिस समय आलू लगाता था उसी समय बताया 20 तारीख को पटना अच्छा 20 तारीख को हमको टाइम नहीं मिला तो हम बोला से 24-25 को आपका आलू पटेंगे जी ठीक है कल मैं बोला पट देंगे तो अभी ये दौरा पा लिया है बिच्चे तो वो तो कहते हैं 18 तरीक से कह रहे हैं भाई साढ़े आलू पटो तुम क्यों नहीं आ रहे आलू 18 को तो पर्व था तो पर्व में कौन जाता था 3 रोज बंदा बेले बैठा था तीन रोज बंदा बेले बैठा था तो पर्व में कैसे इसको 18-19-20 तारीख तक पर्व था मेरे लोग को ਤੇ ਹੁਣ ਕਿੱਦਣ ਨੂੰ ਤੁਸੀਂ ਆਲੂ ਪੱਟਣੇ ਤੁਹਾਡਾ ਕੀ ਫੈਸਲਾ ਹੋਇਆ ਇੱਥੇ ਫੈਸਲਾ ਹੋਇਆ ਹੁਣ ਕੱਲ੍ਹ ਪੜ ਦੇਂਗੇ ਔਰ ਕੀ ਕੱਲ੍ਹ ਕਿੰਨੇ ਖੇਤ ਹੈ ਜੀ ਇਹਨਾਂ ਦੇ ਨਰੂਲ ਕਹਿੰਦੇ ਤੁਸੀਂ ਕੰਮ ਕਰਦੇ ਹੀ ਨਹੀਂ ਗੇ ਕੀ ਕਾਰਨ ਹੈ ਜਿਹੜੇ ਬਾਹਰ ਜਾ ਰਹੇ ਹੋ ਨਰੂਲ ਕਰਤੇ ਨਹੀਂ ਹੈ ਨਰੂਲ ਵੀ ਕਰਤੇ ਹੈ ਨਰੂਲ ਕੰਮ ਦਊਗਾ ਜ਼ਿਮੀਦਾਰ ਤਾਂ ਹੀ ਕਰੂਗਾ ਕੰਮ ਹੀ ਨਹੀਂ ਮਿਲੂਗਾ ਤਾਂ ਬਾਹਰ ਤੋਂ ਜਾਣਾ ਹੀ ਆ ਤਾਂ ਫਿਰ ਇਹ ਜਿਹੜਾ ਕੰਮ ਤੁਹਾਨੂੰ ਮਿਲਦਾ ਫਿਰ ਕਿਉਂ ਨਹੀਂ ਕਰ ਰਹੇ ਇਹ ਵੀ ਆਪ ਆਗੇ ਫੜ ਲਿਆ ਹੈ ਭਾਜੀ ਕਿਸੇ ਦਾ ਕੰਮ ਤਾਂ ਉਸਕਾ ਕਰਕੇ ਇਸਕਾ ਫੜ ਕਰ ਦੇਂਗੇ ਨਰੂਲ ਸੇ ਹਾਂਜੀ ਜਿਹੜੀ ਇੱਥੇ ਨਰੂਲ ਦੇ ਪਿੰਡ 'ਚ ਲੇਬਰ ਰਹਿੰਦੀ ਆ ਬਾਹਰਲੇ ਪਿੰਡਾਂ ਵਿੱਚ ਕਿੰਨੇ ਬੰਦੇ ਗਿਣਤੀ ਦੇ ਆ ਜੀ 300 ਲੇਬਰ ਹੈਗਾ ਘੱਟੋ ਘੱਟ ਆਪਣਾ ਨਰੂਲ 'ਚ ਜੀ 300 ਲੇਬਰ ਕਾ ਨਰੂਲ ਵਾਲੇ ਬੰਦੇ ਕੰਮ ਦੇ ਦੂਗਾ ਕਿ ਬਾਹਰ ਤੋਂ ਕਰਨੇ ਪੈਣਾ ਜੀ ਤੇ ਕਿਹੜੇ ਕਿਹੜੇ ਪਿੰਡਾਂ 'ਚ ਜਾਂਦੇ ਤੁਸੀਂ ਬਹੁਤ ਹਮ ਬਹੁਤ ਦੂਰ ਤੱਕ ਜਾਂਦੇ ਪਾਨ ਠਕੁਰਵਾਲ ਤੱਕ ਜਾਂਦੇ ਬਹੁਤ ਦੂਰ ਤੱਕ ਜਾਂਦੇ ਕੰਮ ਤੇ ਮੈਂ ਕਲਿਆਣ ਬਹੁਤ ਮਾਲਪੁਰ ਤੱਕ ਜਾਂਦੇ ਕੰਮ ਕਰਨ ਦੇ ਲਈ ਹੁਣ ਕਿੱਦਾਂ ਤੁਹਾਨੂੰ ਕੰਮ ਤੇ ਜਾਣ ਦਿੱਤਾ ਹੈ ਹੁਣ ਤਾਂ ਕਹਤਾ ਹੈ ਚਲੋ ਕੰਮ ਪੇ ਕੱਲ ਪੜ ਦੇਣਾ ਮੇਰਾ